ਹਾਂਜੀ ਅਸਲਾਮੁਆਲਿਕਮ ਸਭ ਨੂੰ ਮੈਂ ਹਰਜਮਾਲ ਤੁਸੀਂ ਦੇਖ ਰਹੇ ਬਿਜਲੀ ਮੀਆਂ ਵੀ ਲੋ ਜੀ ਤਾਂ ਹੀ ਦੀ ਖਬਰਾਂ ਦਾ ਹਾਜ਼ਰ ਹਮ ਹੈ ਤੇ ਸ਼ੁਰੂ ਕਰਾਂਗੇ ਅੱਜ ਦੀ ਰਿਪੋਰਟ ਤੇ ਉਹਦੇ ਤੋਂ ਪਹਿਲੇ ਜਿਹੜੇ ਨਵੇਂ ਆਏ ਯਾਰ ਦੋਸਤ ਭੈਣ ਭਾਈ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਬਾਤ ਤੋਂ ਬਾਤ ਸ਼ੇਅਰ ਕਰਨਾ ਕਿ ਬਾਕੀ ਨਵੀਂ ਕੁੰਤਾ ਜੁੜੀ ਹੈ ਉਹ ਅੱਜ ਦੀ ਪਹੁੰਚ ਸਕੇ ਤੇ ਗੱਲ ਕਰਾਂਗੇ ਇਟਲੀ ਦੀ ਇਟਲੀਆ ਦੇ ਵਿੱਚ ਸਭ ਤੋਂ ਰਿਕਾਰਡ ਜਿਹੜਾ ਹੈ ਨਾ ਕਮੀ ਆਈ ਹੈ 15 ਸਿੰਸ 15 ਮਾਰਚ ਤੋਂ ਲੈ ਕੇ ਅੱਜ ਤੱਕ ਸਭ ਤੋਂ ਜ਼ਿਕਰ ਰਿਕਾਰਡ ਕਮੀ ਆਈ ਹੈ ਮਵਾਦੀ ਘੱਟ ਬੰਦੇ ਮਰੇ ਨੇ 15 ਮਾਰਚ ਤੋਂ ਬਾਦ ਇਤਨੇ ਘਟਬੰਦੇ ਕਿਸੇ ਦਿਨ ਵੀ ਨਹੀਂ ਫੌਦਾ ਹੋਏ ਤੇ ਚੈਨਲ ਵਿੱਚ ਅੱਜ ਵੀ ਕੋਈ ਅੰਬਾਤ ਨਹੀਂ ਨਜ਼ਰ ਆਈ ਪਿਛਲੇ 24 ਘੰਟਿਆਂ ਵਿੱਚ ਸ਼ੁਰੂ ਕਰਾਂਗੇ ਇਸ ਅਫਗਾਨਿਸਤਾਨ ਤੋਂ 1531 ਬੰਦੇ ਹੋ ਚੁੱਕੇ ਨੇ 68 ਬੰਦੇ ਅੱਜ ਦੇ 50 ਬੰਦੇ ਜਿਹੜੇ ਨੇ ਇਹ ਹੋ ਚੁੱਕੇ ਨੇ ਮਰ ਚੁੱਕੇ ਨੇ ਤਿੰਨ ਜਿਹੜੇ ਨੇ ਅੱਜ ਫੌਤ ਹੋਏ ਨੇ 207 ਟੋਟਲ ਜਿਹੜੇ ਨੇ ਰਿਕਵਰ ਹੋ ਚੁੱਕੇ ਨੇ ਸੱਤ ਬੰਦੇ ਸਖਤ ਬਿਮਾਰ ਨੇ ਕੱਲ੍ਹ ਕੀ ਪਾਕਿਸਤਾਨ ਦੀ ਪਾਕਿਸਤਾਨ 13 ਚਾਰ ਦਾ ਚੀਫ ਰਟਪ ਚੁੱਕੇ ਹੈ ਪਾਕਿਸਤਾਨ ਦੇ ਵਿੱਚ 1201 478 ਵੱਜੇ ਕੇਸ 272 ਬੰਦੇ ਮਰ ਚੁੱਕੇ ਨੇ ਤਿੰਨ ਬੰਦੇ ਜਿਹੜੇ ਨੇ ਅੱਜ ਫੋਟੋਏ ਨੇ 2936 ਬੰਦਾ ਰਿਕਵਰ ਹੋ ਚੁੱਕਾ ਹੈ 111 ਬੰਦਾ ਜਿਹੜਾ ਉਸ ਸਖਤ ਬਿਮਾਰ ਹੈ ਇੰਡੀਆ ਦੀ ਗੱਲ ਕਰੀਏ ਤੇ ਇੰਡੀਆ ਵੀ 26000 27000 ਤਕਰੀਬਨ ਹੋ ਗਿਆ ਹੈ 26917 ਤੇ 6 ਆਖਰੀ ਰਿਪੋਰਟ ਦੇ ਵਿੱਚ 634 800 ਤੇ 26 ਬੰਦਾ ਮਰ ਚੁੱਕੇ ਹੈ ਟੋਟਲ ਇੱਕ ਬੰਦਾ ਦੀ ਰਿਪੋਰਟ ਹੈਗੀ ਹੈ ਮਰਨੇ ਦੀ ਆਖਰੀ ਰਿਪੋਰਟ ਦੇ ਵਿੱਚ ਪਿਛਲੀ ਰਿਪੋਰਟ ਦੇ ਵਿੱਚ ਉਹ 1939 5939 ਜਿਹੜੇ ਬੰਦੇ ਰਿਕਵਰ ਹੋ ਚੁੱਕੇ ਨੇ ਇੰਡੀਆ ਦੇ ਵਿੱਚ ਗੱਲ ਕਰੀ ਟਾਪਰਿੰਗ ਕੰਟਰੀਆਂ ਦੀ ਦੇ ਟੋਟਲ ਜਿਹੜੇ ਦੁਨੀਆ ਤੇ ਹੋ ਗਏ ਨੇ ਕੇਸਿਸ 29 ਲੱਖ 6266 ਤੇ ਮਰ ਚੁੱਕੇ ਨੇ ਜਿਹੜੇ ਬੰਦੇ ਟੋਟਲ ਦੁਨੀਆ ਤੇ ਹ 25498 ਤੇ ਰਿਕਵਰ ਹੋ ਚੁੱਕੇ ਨੇ 8 ਲੱਖ 67707 ਗੱਲ ਕਰੀ ਅਸੀਂ ਯੂ ਐਸ ਏ ਦੀ ਤੇ ਯੂ ਐਸ ਏ ਦੇ ਵਿੱਚ 9 ਲੱਖ 69000 ਯਾਨੀ ਕਿ ਯੂ ਐਸ ਏ ਪੋਣੇ 10 ਲੱਖ ਤੇ ਪਹੁੰਚ ਗਿਆ ਯਾਨੀ ਕਿ ਕੁਮੇਲੀਆ ਨਾ ਤੱਕ ਇਹ ਪਹੁੰਚਣ ਵਾਲਾ ਹੋ ਗਿਆ ਤੇ ਜਿਹੜੇ ਅੰਮਵਾੜ ਦੀ ਤਦਾਦ ਹੋ ਗਈ ਹੈ ਯੂ ਐਸ ਏ ਦੇ ਵਿੱਚ 54882 ਤੇ ਜਿਹਦੇ ਵਿੱਚੋਂ ਆਖਰੀ ਰਿਪੋਰਟ ਦੇ ਵਿੱਚ 626 ਦੱਸ ਰਹੇ ਨੇ ਔਰ ਰਿਕਵਰ ਹੋ ਚੁੱਕੇ ਨੇ 1118633 15110 ਜਿਹੜੇ ਨੇ ਇਸ ਸਖਤ ਬਿਮਾਰ ਨੇ ਸਪੇਨ ਦੀ ਗੱਲ ਕਰੀਏ ਤੇ 226000 ਸਵਾ 2 ਲੱਖ ਦਾ ਚਿਫਰਾ ਟੱਪ ਚੁੱਕਿਆ ਸਪੇਨ ਤੇ 22629 ਜਿਹਦੇ ਵਿੱਚੋਂ 2870 ਬੰਦਾਜ ਦੇ ਕੇਸਿਸ 23190 ਬੰਦਾ ਜਿਹੜੇ ਨੇ ਉਹ ਮਰ ਚੁੱਕੇ ਨੇ 288 ਅਜਿਹੇ ਕੇਸਿਸ ਤੇ 117729 ਰਿਕਵਰ ਹੋ ਚੁੱਕੇ ਨੇ ਸਪੇਨ ਦੇ ਵਿੱਚ ਇਟਲੀ ਦੀ ਗੱਲ ਕਰੀਏ ਇਟਾਲੀਆ ਵੀ 2 ਲੱਖ ਦੇ ਕਰੀਬ ਪਹੁੰਚ ਚੁੱਕੇ ਕੱਲ ਕੱਲ ਜਾਂ ਮੈਕਸਿਮਮ ਪਰਸੂ ਦਾ ਕ ਇਟਲੀ 2 ਲੱਖ ਦਾ ਜੀਵਰ ਟੱਪ ਜਾਏਗਾ ਯੋ ਮੈਂ ਚੱਲ ਰਹੇ ਨੇ तकरीबन ਕਾਲੀ ਟੱਪ ਜਾਣਾ ਇਹਨੇ 2 ਲੱਖ ਤੇ ਜੀਵਰਾ ਜੇ ਕੱਲ ਕੇਸਿਸ ਕੱਟਣਾ ਹੋਰ ਤੇ ਫਿਲਹਾਲ ਜਿਹੜੇ ਅੱਜ ਦੇ ਕੇਸਿਸ ਨੇ ਇਟਲੀਆ ਦੇ ਵਿੱਚ ਉਹ 2324 ਨੇ ਕੱਟੇ ਨੇ ਵਧੀਆ ਨੇ ਲੇਕ ਅਮਵਾਦ ਜਿਹੜੀਆਂ ਨੇ ਇਹ 26644 ਹੋਗਣੇ ਲੇਕਿਨ ਸਰਪ੍ਰਾਈਜ਼ ਹੈ ਜਿਹੜੀ ਅੱਜ ਦੇ ਅਮਵਾਦ ਨੇ ਪਿਛਲੇ 24 ਘੰਟਿਆਂ ਵਿੱਚ ਇਹ ਸਰਪ੍ਰਾਈਜ਼ ਹੈ 260 ਸਿਰਫ ਹੋਏ ਨੇ ਪਿਛਲੇ ਮਾਰਚ 15 ਤੋਂ ਲੈ ਕੇ ਅੱਜ ਤੱਕ ਇਤਨੀ ਕਟਮਵਾਦ ਕਿਤੇ ਨਹੀਂ ਹੋਈਆਂ ਕਦੀ ਨਹੀਂ ਹੋਈਆਂ ਇਹ ਇੱਕ ਖੁਸ਼ਾਈਨ ਖਬਰ ਹੈ ਜੇ ਇਸ ਤਰ੍ਹਾਂ ਹੀ ਇਹ ਚੀਜ਼ ਘਟਦੀ ਰਵੇ ਅਸੀਂ ਉਹ ਦਿਨ ਦੂਰ ਨਹੀਂ ਹੈ ਕਿ ਜਲਦੀ ਇਸ ਤੋਂ ਜਾਨ ਜਾਨ ਛੁੜਾ ਲਵਾਂਗੇ ਛੁਟਕਾਰਾ ਪਾ ਲਵਾਂਗੇ 64923 ਬੰਦਾ ਰਿਕਵਰ ਹੋ ਚੁਕਿਆ ਹੈ ਤੇ 2009 ਬੰਦਾ ਸਖਤ ਬਿਮਾਰ ਹੈ ਫਰਾਂਸ ਦੇ ਵਿੱਚ 1144822000 614 ਬੰਦੇ ਮਰ ਚੁੱਕੇ ਨੇ 44594 ਬੰਦੇ ਰਿਕਵਰ ਹੋ ਚੁੱਕੇ ਨੇ ਜਰਮਨੀ ਦੀ ਵੀ ਗੱਲ ਕਰੀਏ ਤਾਂ 157114 600 ਤੇ ਇੱਕ ਬੰਦਾ ਆਖਰੀ ਜਿਹੜੀ ਰਿਪੋਰਟ ਉਹਦੇ ਵਿੱਚ 5884 ਬੰਦੇ ਜਿਹੜੇ ਨੇ ਮਰ ਚੁੱਕੇ ਨੇ ਸੱਤਾ ਜਿਹੜੇ ਅੱਜ ਦੇ ਅੱਜ ਦੇ ਕੇਸਿਸ ਨੇ 109800 ਜਿਹੜੇ ਨੇ ਇਹ ਰਿਕਵਰ ਹੋ ਚੁੱਕੇ ਨੇ 2570 ਜਿਹੜੇ ਨੇ ਇਹ ਜਰਮਨ ਦੇ ਵਿੱਚ ਸਖਤ ਬਿਮਾਰ ਨੇ ਯੂਕੇ ਦੀ ਗੱਲ ਕਰੀਏ ਤਾਂ 152840 4436 ਬੰਦਾ ਜਿਹੜਾ ਹੈ ਅੱਜ ਦੇ ਕੇਸਿਸ 20720 ਜ਼ਿਆਦਾ ਚਿਫਰਾ ਟੱਪ ਚੁੱਕਿਆ ਹੈ ਯੂਕੇ ਵੀ 20732 ਬੰਦਾ ਯੂਕੇ ਦੇ ਵਿੱਚ 413 ਅਜਿਹੇ ਕੇਸਿਸ ਤੁਰਕੀ 1,07,700 700 73 2700 6 ਅੰਵਾਤ ਹੋ ਚੁੱਕੇ ਨੇ ਈਰਾਨ 90,481 5710 ਅੰਵਾਤ ਹੋ ਚੁੱਕੇ ਨੇ ਚਾਈਨਾ ਦੀ ਗੱਲ ਕਰੀਏ ਤੇ ਚਾਈਨਾ ਬਿਹਤਰੀ ਵੱਲ ਮਜ਼ੀਦ ਕੰਟੀਨਿਊ ਆਪਣੀ ਕਨਸਟੈਂਟਲੀ ਇੱਕ ਜਿਹੜੀ ਕੋਸ਼ਿਸ਼ ਹੈ ਉਹ ਬਿਹਤਰੀ ਵੱਲ ਜਾ ਰਹੀ ਹੈ ਚਾਈਨਾ ਦੀ 82,800 ਤੇ 27 ਇਨਫੈਕਟਿਡ ਜਿਹਦੇ ਵਿੱਚ ਅੱਜ ਸਿਰਫ 11 ਬੰਦੇ ਐਡ ਹੋਏ ਨੇ ਕੱਲ 12 ਪਰਸੂ 6 ਸੀ 4232 ਜਿਵੇਂ ਕਿ ਅਸੀਂ ਪਿਛਲੇ ਇੱਕ ਹਫਤੇ ਤੋਂ ਪੜਦੇ ਆ ਰਹੇ ਹਾਂ 7 ਦਿਨਾਂ ਤੋਂ ਜ਼ੀਰੋ ਮੌਤ ਜ਼ੀਰੋ ਮੌਤ ਕੋਈ ਵੀ ਬੰਦਾ ਇਨਫੈਕਟਿਡ ਕੋਰੋ ਕੋਵਿਡ-19 ਤੋਂ ਮਰਿਆ ਨਹੀਂ ਹੈ 77394 ਰਿਕਵਰ ਹੋ ਚੁੱਕੇ ਨੇ 51 ਜਿਹੜੇ ਬੰਦੇ ਨੇ ਸਖਤ ਬਿਮਾਰ ਨੇ ਰਸ਼ੀਆ 80000 ਪਲੱਸ ਬ੍ਰਾਜ਼ੀਲ 59000 ਪਲੱਸ ਬੈਲਜੀਅਮ 46000 ਪਲੱਸ ਕੈਨੇਡਾ 45000 ਪਲੱਸ ਔਰ ਨੀਦਰਲੈਂਡ